ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਿੱਖ ਸੰਗਤਾਂ ਨੂੰ ਮੈਂ ਇੱਕ ਵੀਡੀਓ ਰਾਹੀਂ ਸੰਬੋਧਨ ਕੀਤਾ ਸੀ, ਜਿੱਥੇ ਕੁਝ ਸੰਗਤਾਂ ਦਾ ਸ਼ੰਕਾ ਹੈ ਕਿ ਸ਼ਾਇਦ ਉਹ ਜਿਹੜੀ ਵੀਡੀਓ ਹੈ ਉਹ ਪੁਲਿਸ ਦੀ ਕਸਟਡੀ 'ਚ ਬਣੀ ਹੈ, ਕਿਉਂਕਿ ਉਸ ਵੀਡੀਓ 'ਚ ਮੈਂ ਜੀ ਪਲੇ ਬੁਰੇ ਬੁਰੇ ਦੇਖ ਰਿਹਾ ਕਿਤੇ। ਸੋ ਮੇਰੀ ਇੱਕ ਸੰਗਤਾਂ ਨੂੰ ਅਪੀਲ ਹੈ ਵੀ ਦੇਖੋ, ਪਹਿਲੇ ਦੀ ਮੇਰੀ ਆਦਤ ਨਹੀਂ ਵੀ ਇੱਦਾਂ ਬੈਠ ਕੇ ਸਾਹਮਣੇ ਸਾਹਮਣੇ ਵੀਡੀਓ ਬਣਾਵਾਂ। ਤੁਸੀਂ ਪੁਰਾਣੀ ਵੀਡੀਓ ਦੇਖੋਗੇ, ਉਹਦੇ 'ਚ ਵੀ ਮੈਂ ਕੈਮਰੇ ਵੱਲ ਬਹੁਤਾ ਵੇਖਦਾ ਨਹੀਂ ਹੁੰਦਾ। ਸੋ ਪਹਿਲੀ ਗੱਲ, ਜਿਹੜੀ ਮੁੱਖ ਮੁੱਦਿਆਂ ਦੀ ਗੱਲ ਆਪਾਂ ਕਰਨੀ ਹੈ, ਇੱਕ ਤਾਂ ਆਪਾਂ ਹਰ ਚੀਜ਼ ਨੂੰ ਕੰਸਪੀਰੇਸੀ ਨਹੀਂ ਸਮਝਣਾ, ਸਤਿਗੁਰ ਸੱਚੇ ਪਾਤਸ਼ਾਹ ਦੀ ਔਰ ਸਦਕਾ ਆਪਾਂ ਗੁਰੂ ਦੀ ਖੇਡ ਨੂੰ ਵੱਡਿਆ ਸਮਝੀਏ। ਇਹ ਨਹੀਂ ਵੀ ਆਪਾਂ ਮਤਲਬ ਹਿੰਦੁਸਤਾਨ ਦੀ ਸਰਕਾਰ ਨੂੰ ਜਾਂ ਪੁਲਿਸ ਨੂੰ ਵੱਡਿਆ ਸਮਝਣ ਲੱਗ ਪਈਏ, ਕਲਗੀਧਰ ਪਾਤਸ਼ਾਹ ਦੀ ਜਿਹੜੀ ਕਰਮਵਾਤ ਨੂੰ ਵੱਡਿਆ ਸਮਝੀਏ। ਇਹਦੇ ਕਿਰੇ ਸਤਿਗੁਰ ਸੱਚੇ ਪਾਤਸ਼ਾਹ ਨੇ ਜੇ ਕੱਢਿਆ ਤੇ ਉਹ ਕਿਸੇ ਮਕਸਦ ਵਾਸਤੇ ਕੱਢਿਆ। ਜਿਹਨਾਂ ਨੂੰ ਇਹ ਲੱਗਦਾ ਵੀ ਮੈਂ ਕੋਈ ਭਗੌੜਾ ਹੋ ਗਿਆ ਤੇ ਮੈਂ ਆਪਣੇ ਸਾਥੀਆਂ ਨੂੰ ਛੱਡ ਗਿਆ, ਇਹ ਗੱਲ ਭੁਲੇਖਾ ਕੋਈ ਆਪਣੇ ਮਨ 'ਚ ਨਾ ਰੱਖੇ। ਦੇਖੋ, ਨਾ ਤੇ ਮੈਂ ਮਰਨ ਤੋਂ ਡਰਾਂ, ਮਰਨ ਲਿਖਾਏ ਮੰਡਲ ਮੈਂ ਆਏ, ਇਸ ਬਾਣੀ ਦੇ ਜਿਹੜੇ ਬਚਨ ਨੇ ਇੱਥੇ ਪੂਰਾ ਪਹਿਰਾ ਦੇ ਰਹੇ ਹਨ। ਜਿੱਦਣ ਸੰਸਾਰ ਤੇ ਆ ਗਏ ਉਦਣ ਮੌਤ ਦਾ ਜਿਹੜਾ ਰਾਹ ਵਾ ਸ਼ੁਰੂ ਹੋ ਜਾਂਦਾ, ਇਹ ਤੋਂ ਕੋਈ ਬਚ ਨਹੀਂ ਸਕਦਾ। ਪਰ ਮੇਰੀ ਸੰਗਤਾਂ ਨੂੰ ਇੱਕ ਅਪੀਲ ਹੈ ਵੀ ਜੇ ਅੱਜ ਬਾਹਰ ਹਾਂ, ਸਤਿਗੁਰ ਸੱਚੇ ਪਾਤਸ਼ਾਹ ਨੇ ਜੇ ਮੈਨੂੰ ਬਾਹਰ ਰੱਖਿਆ ਹੈ ਇਸ ਘੇਰੇ ਤੋਂ, ਤੇ ਉਹਦਾ ਅਰਥ ਇਹ ਹੈ ਵੀ ਮੈਂ ਆਪਣੇ ਸਾਥੀਆਂ ਲਈ, ਕੌਮ ਦੇ ਨੌਜਵਾਨਾਂ ਲਈ ਤੇ ਕੌਮ ਦੇ ਹਿੱਤਾਂ ਲਈ ਕੁਛ ਕਰ ਸਕਾਂ, ਤੇ ਛੇਤੀ ਹੀ ਸੰਸਾਰ ਸਾਹਮਣੇ ਵੀ ਪ੍ਰਗਟ ਹੋਵਾਂਗੇ ਔਰ ਇਹ ਸੰਗਤਾਂ ਦੇ ਵਿੱਚ ਵੀ ਵਿਚਰਾਂਗੇ। ਇਹਨਾਂ ਦੀ ਕੋਈ ਗੱਲ ਨਹੀਂ, ਮੈਂ ਉਹਨਾਂ 'ਚੋਂ ਨਹੀਂ ਹੈਗਾ ਵੀ ਜਿਹੜਾ ਕਹਿਣਗੇ ਮੁਲਕ ਛੱਡ ਜਾਏ ਜੀ, ਮੁਲਕ ਛੱਡ ਕੇ ਬਾਹਰ ਚਲਾ ਗਿਆ ਉਹ ਹੁਣ ਬਾਹਰੋਂ ਜਾ ਕੇ ਲੋਕਾਂ ਨੂੰ ਵੀਡੀਓ ਪਾ ਕੇ ਪੈਸੇ ਦੇਊਗੇ, ਇਹਨਾਂ ਦੀ ਗੱਲ ਨਹੀਂ। ਹਾਂ, ਜਿਹੜੇ ਬਗਾਵਤ ਦੇ ਦਿਨ ਹੁੰਦੇ ਆ ਉਹਨੂੰ ਕੱਟਦਿਆਂ ਬਹੁਤ ਕੁਛ ਸਾਨੂੰ ਝੱਲਣਾ ਪੈਂਦਾ, ਵਿਖੜੇ ਪੈਣੇ ਤੇ ਤੁਰਨਾ ਪੈਂਦਾ, ਮੀਲਾਂ ਮੀਲ ਵੀਹ ਵੀਹ ਬਾਈ ਬਾਈ ਮੀਲ ਸਫ਼ਰ ਦਿਨ ਹਰ ਦਿਨ ਪੈਦਲ ਕਰਨਾ, ਇਹ ਕੋਈ ਮਤਲਬ ਖਾਲਾ ਜੀ ਦਾ ਵਾੜਾ ਤੇ ਹੈ ਨਹੀਂ। ਸੋ ਅੱਠੀ ਪੈਰ ਪ੍ਰਸ਼ਾਦਾ ਛਕਣਾ ਜੇ ਕਿਤੇ ਮਿਲ ਗਿਆ, ਨਹੀਂ ਤੇ ਫਿਰ ਜਲ ਬਣੀ ਛੱਕ ਕੇ ਗੁਜ਼ਾਰਾ ਕਰ ਲੈਣਾ। ਇਹ ਜਿਹੜੇ ਦਿਨ ਨੇ ਬਗਾਵਤ ਦੇ, ਕੱਟਣੇ ਔਖੇ ਨੇ, ਤਾਂ ਮੈਂ ਸੰਗਤਾਂ ਨੂੰ ਅਪੀਲ ਕਰਦਾ ਤੇ ਆਪਣੀ ਚੜ੍ਹਦੀ ਕਲਾ 'ਚ ਰਹਿਣਾ। ਚੜ੍ਹਦੀ ਕਲਾ 'ਚ ਰਹਿਣ ਦਾ ਅਰਥ ਇਹ ਹੁੰਦਾ ਵੀ ਅਸੀਂ ਜਦੋਂ ਇਸ ਰਾਹ 'ਤੇ ਤੁਰੀਏ, ਇਸ ਮਾਰਗ 'ਤੇ ਤੁਰੀਏ, ਤਾਂ ਸਾਨੂੰ ਪਹਿਲਾਂ ਹੀ ਪਤਾ ਹੁੰਦਾ ਵੀ ਆਪਾਂ ਜਿਹੜੇ ਰਾਹ 'ਤੇ ਤੁਰੇ ਨੇ ਕੰਨੀਆਂ ਵਾਲਾ ਰਾਹ, ਸਤਿਗੁਰ ਸੱਚੇ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਔਰ ਕਿਲ੍ਹਾ ਛੱਡ ਕੇ ਮਾਛੀਵਾੜ ਦੇ ਜੰਗਲਾਂ ਦੇ ਵਿੱਚ ਗਏ ਨੇ, ਪੈਰ ਕੰਨਿਆਂ ਨੂੰ ਲਹੂ ਲਿਖਾਨ ਹੋ ਗਏ। ਸੋ ਉਹ ਰਸਤੇ ਜਿਹੜੇ ਇਹ ਧਰਮ ਦੀ ਨਗਰੀ ਦੇ ਉੱਤੇ ਤਿਆਰ ਕਰਨੇ ਪੈਂਦੇ ਆ। ਮੇਰੀ ਜਿਹੜੀ ਸੰਗਤਾਂ ਨੂੰ ਅਪੀਲ ਹੈ ਵੀ ਮੈਂ ਇੱਕ ਕੌਲ ਦਿੱਤੀ ਸਰਬੱਤ ਖਾਲਸੇ ਵਾਸਤੇ, ਮੈਂ ਜਥੇਦਾਰ ਸਾਹਿਬ ਨੂੰ ਤਾਂ ਕਿਹਾ ਵੀ ਜਥੇਦਾਰ ਸਾਹਿਬ ਨੇ ਇੱਕ ਸੱਦਾ ਦਿੱਤਾ ਸੀ ਮੀਟਿੰਗ ਕਰਕੇ ਕਿ ਸਮੂਹ ਜਥੇਬੰਦੀਆਂ ਪਹੁੰਚਣ, ਜਥੇਬੰਦੀਆਂ ਪਹੁੰਚੀਆਂ ਉੱਥੇ, ਜਿਹਨਾਂ ਨੇ ਹਮਾਇਤ 'ਚ ਕੀਤੇ ਗੱਲ ਉਹਨਾਂ ਦਾ ਵੀ ਧੰਨਵਾਦ, ਜਿਹਨਾਂ ਵਿਰੋਧ 'ਚ ਕੀਤੀ ਉਹਨਾਂ ਦਾ ਵੀ ਧੰਨਵਾਦ। ਮੈਂ ਕਿਸੇ ਦਾ ਵਿਰੋਧ 'ਚ ਨਹੀਂ ਗੱਲ ਕਰਨੀ ਕੋਈ ਵੀ, ਇਹ ਸਮਾਂ ਨਹੀਂ ਕਿਸੇ ਦਾ ਵਿਰੋਧ ਜਨ ਨਹੀਂ ਕਰਦਾ। ਕੌਮ ਤੇ ਭੀੜਾਂ ਬੜ ਪਈ ਹੋਵੇ ਤੇ ਸਾਨੂੰ ਇੱਕ ਦੂਜੇ ਦੇ ਹੱਕ 'ਚ ਖੜਾਉਣਾ ਚਾਹੀਦਾ। ਜਥੇਦਾਰ ਸਾਹਿਬ ਨੇ ਇੱਕ ਜਿਹੜੀ ਉਦਮ ਕੀਤਾ ਉਹ ਚੰਗਾ ਹੈ, ਉਹਦੇ 'ਚ ਕੁਛ ਨੂੰ ਨਹੀਂ ਸ਼ਾਮਿਲ ਕੀਤਾ ਗਿਆ, ਮੈਨੂੰ ਲੱਗਦਾ ਵੀ ਸਾਰਿਆਂ ਨੂੰ ਖੁੱਲ੍ਹਾ ਸਦਾ ਹੋਣਾ ਚਾਹੀਦਾ ਸੀ, ਪਰ ਜੋ ਹੋ ਗਿਆ ਸੱਤ ਵਜਨ ਹੈ। ਹੁਣ ਉਸ ਤੋਂ ਬਾਅਦ 'ਚ ਜਥੇਦਾਰ ਸਾਹਿਬ ਨੇ ਕਿਹਾ ਅਸੀਂ ਛੁੱਟੀਆਂ ਵੀਰਾਂ ਕੱਢਾਂਗੇ। ਦੇਖੋ, ਵੀਰ ਸ਼ਬਦ ਜਦੋਂ ਅਸੀਂ ਪੰਜਾਬ ਆਣ ਕੇ ਇਸ ਪੁਰਾਤਨ ਸ਼ਬਦ ਨੂੰ ਰਿਵਾਈਵ ਕੀਤਾ, ਇਹਦਾ ਅਰਥ ਹੈ ਵਹੀਰ ਕੱਤਣੀ, ਕੱਤ ਕੇ ਭਾਵ ਇਸ ਪਾਸ ਨੂੰ ਤੁਰ ਲੈਣਾ ਤੇ ਫਿਰ ਕਿਸੇ ਰੋਗ ਦੀ ਪਰਵਾਹ ਨਹੀਂ ਕਰਨੀ। ਜਦੋਂ ਵਹੀਰ ਤੁਰ ਪੈਂਦੀ ਹੈ ਉਹ ਕਿਸੇ ਨੂੰ ਰੋਕ ਨਹੀਂ ਸਕਦੀ। ਜਥੇਦਾਰ ਸਾਹਿਬ ਜੀ, ਜੇ ਵਹੀਰ ਕੱਢਣੀ ਹੈ ਤੇ ਮੇਰੀ ਇੱਕ ਬੇਨਤੀ ਹੈ, ਇਹ ਜੇ ਤੁਸੀਂ ਪ੍ਰਵਾਨ ਕਰੋ ਤਾਂ ਚੰਗੀ ਗੱਲ, ਕਿਉਂਕਿ ਤੁਹਾਡੀ ਵੀ ਪ੍ਰੀਖਿਆ ਹੈ, ਸਾਡੀ ਪ੍ਰੀਖਿਆ ਜੋ ਅਸੀਂ ਲੰਘ ਰਹੇ ਹਾਂ, ਪਰ ਤੁਹਾਡੀ ਵੀ ਇਹ ਪ੍ਰੀਖਿਆ ਵੀ ਤੁਸੀਂ ਜਥੇਦਾਰ ਦੇ ਅਹੁਦੇ ਤੇ, ਜੋ ਜਥੇਦਾਰ ਸਾਹਿਬ ਦੇ ਅਹੁਦੇ ਤੇ ਹੁੰਦੇ ਹਾਂ, ਤੁਹਾਡੀ ਇਹ ਪ੍ਰੀਖਿਆ ਵੀ ਤੁਸੀਂ ਅੱਜ ਕੌਮ ਦੇ ਲਈ ਕਿੰਨਾ ਡਟ ਕੇ ਹੱਕ 'ਚ ਖੜ ਸਕਦੇ ਹੋ। ਸੋ ਜੇ ਤੁਸੀਂ ਵਹੀਰ ਕੱਢਣੀ ਹੈ ਤਾਂ ਤੁਹਾਨੂੰ ਇਹ ਵਹੀਰ ਜਿਹੜੀ ਹੈ ਇਸ ਤਰੀਕੇ ਨਾਲ ਕੱਢਣੀ ਚਾਹੀਦੀ ਵੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਕੁਛ ਦਿਨਾਂ ਦੇ ਵਿੱਚ ਵੀਰ ਦਮਦਮਾ ਸਾਹਿਬ ਪਹੁੰਚੇ ਵਿਸਾਖੀ, ਤੇ ਉੱਥੇ ਸਰਬੱਤ ਖਾਲਸਾ ਹੋਵੇ। ਤੇ ਮੈਂ ਇਹ ਕਦੇ ਵੀ ਨਹੀਂ ਕਿਹਾ ਵੀ ਵਹੀਰ ਨਹੀਂ ਕੱਢਣੀ ਚਾਹੀਦੀ, ਮੈਂ ਇਹ ਕਿਹਾ ਵੀ ਵਹੀਰ ਕੱਢਣੀ ਅੰਦਰ ਜੀ ਪਿੰਡਾਂ ਨੂੰ ਛੋਟੀਆਂ ਵਹੀਰਾਂ ਲੋਕਾਂ ਨੂੰ ਜਾਗਰੂਕ ਕਰਨਾ, ਇਹ ਖਾਨਾ ਪੂਰਤੀ ਹੈ। ਲੋਕ ਪੂਰੇ ਜਾਗਰੂਕ ਨੇ ਔਰ ਲੋਕਾਂ ਨੂੰ ਹੋਰ ਜਾਗਰੂਕ ਕਰਨ ਦੀ ਲੋੜ ਨਹੀਂ, ਸਾਨੂੰ ਸੰਗਤਾਂ ਨੂੰ ਮੋਬਲਾਈਜ਼ ਕਰਨ ਦੀ ਲੋੜ ਹੈ, ਸੰਗਤਾਂ ਨੂੰ ਇਕੱਠੇ ਕਰਨ ਦੀ ਲੋੜ ਹੈ, ਉਹਨਾਂ 'ਚ ਹਕੂਮਤ ਦਾ ਪੈ ਕਰਨ ਦੀ ਲੋੜ ਹੈ। ਸੋ ਅੱਜ ਸਾਨੂੰ ਲੋੜ ਹੈ ਅਸੀਂ ਇਕੱਠੇ ਹੋਈਏ, ਇਕੱਠੇ ਹੋ ਕੇ ਕੌਮ ਲਈ ਖੜੀਏ, ਤੇ ਜਿਹਨਾਂ ਨੂੰ ਐਂ ਲੱਗਦਾ ਕੋਈ ਨਹੀਂ ਇਸ ਧਰਤੀ 'ਤੇ ਹੀ ਆ, ਇਸ ਧਰਤੀ 'ਤੇ ਹੀ ਆਪਣਾ ਲਹੂ ਡੋਲਣਾ। ਸੋ ਇਸ ਕਰਕੇ ਇਹ ਗੱਲ ਜੇ ਮੁੱਖ ਵਾਰ ਛੱਡ ਦਈਏ
ਮੈਂ ਕਿਤੇ ਭਗੌੜਾ ਹੋ ਜਾਊਂਗਾ, ਸਤਿਗੁਰ ਸੱਚੇ ਪਾਤਸ਼ਾਹ ਨੇ ਇੰਨੀ ਬਰਕਤ, ਇੰਨੀ ਕਿਰਪਾ, ਇੰਨੀ ਰਹਿਮਤ ਮੇਰੇ ਤੇ ਕੀਤੀ ਹੈ, ਮੈਂ ਸੁਪਨੇ ਦੇ ਵਿੱਚ ਵੀ ਭਗੌੜਾ ਨਹੀਂ ਹੋਣਾ ਸੋਚ ਸਕਦਾ। ਕਈਆਂ ਨੇ ਕਿਹਾ ਸੀ ਉਹਨੇ ਕੇਸ ਕਦਰ ਕਰਾ ਲਏ ਹੋਣੀ, ਇਹ ਸਾਰੀਆਂ ਗੱਲਾਂ ਜਿਹੜੀਆਂ ਬੇਬੁਨਿਆਦ ਨੇ। ਕੇਸ ਕਦਰ ਕਰਾਉਣ ਤੋਂ ਪਹਿਲਾਂ ਜਿਹੜਾ ਸਿਰ ਦਾ ਖੋਪੜਾ ਅਸੀਂ ਲਗਾ ਸਕਦੇ, ਕੇਸ ਕਦਰ ਕਰਾਉਣ ਬਾਰੇ ਸੋਚ ਨਹੀਂ ਸਕਦੇ। ਸੋ ਮੇਰੀ ਸੰਗਤਾਂ ਨੂੰ ਅਪੀਲ ਹੈ, ਮੇਰੀ ਹੋਰ ਨਾ ਸਾਰਿਆਂ ਨੂੰ ਅਪੀਲ ਹੈ ਵੀ ਕਿਸੇ ਅੱਗੇ ਹੱਥ ਜੋੜ ਕੇ ਤਰਲੇ ਨਹੀਂ ਕਰਨੇ, ਠੀਕ ਹੈ। ਸੰਗਤਾਂ ਨੂੰ ਸੰਬੋਧਨ ਕੀਤਾ ਸੀ ਮੈਂ ਪਹਿਲੀ ਵੀਡੀਓ 'ਚ, ਇਸ ਕਰਕੇ ਮੈਂ ਸੰਗਤਾਂ ਨੂੰ ਸੰਬੋਧਨ ਕਰਦੇ ਨਿਮਰਤਾ, ਤੇ ਮੈਂ ਵੈਸੇ ਨਹੀਂ ਪਾ ਕੇ ਗੱਲ ਕਰਦਾ ਹੁੰਦਾ, ਮੈਂ ਹਕੂਮਤ ਨੂੰ ਸੰਬੋਧਨ ਮੈਂ ਹੁਣ ਕਰ ਦਿੰਦਾ, ਤੇ ਹਕੂਮਤ ਤੋਂ ਨਾ ਮੈਂ ਪਹਿਲਾਂ ਡਰਦਾ ਸੀ, ਮੈਂ ਅੱਜ ਡਰਦਾ, ਹਕੂਮਤ ਨੇ ਜੋ ਕਰਨਾ ਕਰ ਲਵੇ। ਹਾਂ ਇਹ ਗੱਲ ਹੈ, ਗ੍ਰਿਫਤਾਰੀ ਤੋਂ ਮੈਂ ਨਹੀਂ ਡਰਦਾ, ਗ੍ਰਿਫਤਾਰੀ ਲਈ ਮੈਂ ਕੋਈ ਸ਼ਰਤਾਂ ਨਹੀਂ ਰੱਖੀਆਂ। ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਮੈਂ ਗ੍ਰਿਫਤਾਰੀ ਬਾਰੇ ਕੋਈ ਗੱਲ ਹੀ ਨਹੀਂ ਸੀ ਕੀਤੀ, ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਅਮਰਪਾਲ ਸਿੰਘ ਨੇ ਤਿੰਨ ਸ਼ਰਤਾਂ ਰੱਖ ਦਿੱਤੀਆਂ ਗ੍ਰਿਫਤਾਰੀ ਦੀਆਂ, ਤੇ ਥਾਣੇ ਜੀ ਜੀ ਉਹਨਾਂ ਕੁੱਟਮਾਰ ਨੇ ਕੀਤੀ, ਜਦ ਮੈਂ ਕਹਿੰਦਾ ਜਿਹੜੀ ਕੁੱਟਮਾਰ ਕਰਨੀ ਜਾਣੀ ਕਰ ਲਵੇ, ਜਿਹੜਾ ਤਸ਼ੱਦਦ ਕਿਸੇ ਕਰਕੇ ਵੇਖਣਾ ਕਰਕੇ ਵੇਖ ਲਵੇ, ਨਾ ਤਸ਼ੱਦਦ ਤੋਂ ਡਰਦੇ ਹਾਂ, ਨਾ ਬੰਦ ਬੰਦ ਕੱਟਣ ਤੋਂ ਡਰਦੇ ਹਾਂ। ਸੋ ਇਸ ਕਰਕੇ ਮੇਰੀ ਸੰਗਤਾਂ ਨੂੰ ਅਪੀਲ ਹੈ, ਕਿਸੇ ਵੀ ਗੁੰਮਰਾਹ ਤੋਂ ਪ੍ਰਚਾਰ 'ਚ ਨਹੀਂ ਆਉਣਾ, ਮੈਂ ਚੜ੍ਹਦੀ ਕਲਾ 'ਚ ਅੱਜ ਦੀ ਤਰੀਕ ਤੱਕ ਮੈਂ ਚੜ੍ਹਦੀ ਕਲਾ ਦੇ ਵਿੱਚ ਹਾਂ, ਔਰ ਅੱਜ ਤੋਂ ਬਾਅਦ 'ਚ ਸਤਿਗੁਰ ਦੇ ਹੱਥ ਹੈ ਸਾਰਾ ਕੁਝ। ਜੇ ਸਤਿਗੁਰ ਨੇ ਇੰਨੀਆਂ ਸੰਕਟਾਂ 'ਚ ਰਾਖੀ ਕੀਤੀ ਹੈ ਤਾਂ ਅੱਗੇ ਵੀ ਕਰਦਾ ਰਹੂੰਗਾ। ਮਹਾਰਾਜ ਉਹਦੇ ਘਰ 'ਚ ਕਿਸੇ ਦਾ ਘਾਟਾ ਵੀ, ਮੇਰੀ ਵੋਟ ਉਸ 'ਤੇ ਹੈ, ਮੇਰੀ ਵੋਟ ਦੁਨਿਆ ਵੀ ਨਾ ਤੇ ਅਦਾਲਤਾਂ 'ਤੇ ਹੈ, ਨਾ ਕਿਸੇ ਹੋਰ ਗੱਲ 'ਤੇ ਹੈ, ਮੇਰੀ ਵੋਟ ਸਤਿਗੁਰ ਸੱਚੇ ਪਾਤਸ਼ਾਹ ਦੀ ਕਚਹਿਰੀ 'ਤੇ ਹੈ, ਉਹਨੇ ਅਨੁਸਾਰ ਮੇਰੇ ਨਾਲ ਕਰਨਾ। ਸੰਗਤਾਂ ਨੂੰ ਮੇਰੀ ਅਪੀਲ ਹੈ ਕਿ ਤੁਸੀਂ ਦ੍ਰਿੜ ਰਹਿਣਾ, ਤੁਸੀਂ ਢੈਂਡੀ ਕਲਾ 'ਚ ਨਹੀਂ ਜਾਣਾ, ਨਾ ਢੈਂਡੀ ਕਲਾ ਵਾਲੇ ਕੋਈ ਗੱਲ ਕਰਨੀ ਹੈ, ਔਰ ਮੇਰੇ ਪਰਿਵਾਰ ਨੂੰ ਮੇਰੇ ਨੂੰ ਅਪੀਲ ਹੈ ਵੀ ਤੁਸੀਂ ਕੋਈ ਢੈਂਡੀ ਕਲਾ ਵਾਲੀ ਗੱਲ ਨਹੀਂ ਕਰਨੀ, ਐਵੇਂ ਨਹੀਂ ਹੱਥ ਜੋੜ ਕੇ ਕਹੀ ਜਾਣਾ ਵੀ ਦੇਖੋ ਜੀ ਸਾਥ ਦਿਓ, ਸਾਰੀ ਸੰਗਤ ਸਾਥ ਦੇ ਰਹੀ ਹੈ, ਕੋਈ ਨਹੀਂ ਜੇ ਕੋਈ ਨਹੀਂ ਵੀ ਦਿੰਦਾ, ਇਸ ਸਤਿਗੁਰ ਸੱਚੇ ਪਾਤਸ਼ਾਹ ਦਾ ਪਿੰਡ ਹੈ, ਇਸ ਮਾਰਗ 'ਤੇ ਚੱਲਦੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਦੇ ਆ ਤੇ ਲੋਕਾਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਭੇੜ ਲਏ ਸੀ, ਲੋਕਾਂ ਕਹਿ ਦਿੱਤਾ ਸੀ ਆਪਣੇ ਪਤਮਾ ਆ ਗਏ, ਸਾਡੇ ਗਵਾਉਣ ਆ ਗਏ। ਸੋ ਮੈਨੂੰ ਐਂ ਲੱਗਦਾ ਵੀ ਆਪਾਂ ਨੂੰ ਸੰਗਤਾਂ ਦਾ ਸਾਥ ਜਿਹੜਾ ਹੈ ਉਹ ਸੰਗਤਾਂ ਨੇ ਆਪ ਹੀ ਦੇ ਦੇਣਾ, ਆਪਾਂ ਚੜ੍ਹਦੀ ਕਲਾ 'ਚ ਰਹੀਏ, ਸਤਿਗੁਰ ਦਾ ਭਾਣਾ ਮੰਨੀਏ, ਇਹ ਭਾਣਾ ਮੰਨਣ ਨਾਲ ਸਾਰਾ ਕੁਝ ਹੋਣਾ। ਜੇ ਭਾਣੇ ਤੋਂ ਉਲਝ ਜਾ ਕੇ ਗੱਲ ਕਰਾਂਗੇ ਉਹ ਹੋਣੀ ਵੀ ਨਹੀਂ ਗੀ, ਸੋ ਭਾਣੇ 'ਚ ਰਹਿ ਕੇ ਸਾਰਾ ਕੁਝ ਹੋਣਾ। ਸੋ ਇੰਨੀ ਇੱਕ ਬੇਨਤੀ ਹੈ, ਸੁਬਾਹ ਖਾਲਸੇ ਦੀ ਕਾਲਜ ਸਿਰਾ ਸਾਹਿਬ ਦੇਣ, ਜੇ ਨਹੀਂ ਦਿੰਦੇ ਤਾਂ ਉਹਨਾਂ ਲਈ ਪ੍ਰੀਖਿਆ ਦੀ ਘੜੀ ਹੈ ਕਿ ਉਹ ਕੌਮ ਲਈ ਕੀ ਕਰ ਰਹੇ ਸੰਜੀਦਾ ਨੇ ਤੇ ਕੀ ਨਹੀਂ ਕਰ ਰਹੇ ਸੰਜੀਦਾ ਨੇ, ਉਹਨਾਂ ਦੇ ਉੱਤੇ ਇੱਕ ਇਲਜ਼ਾਮ ਲੱਗਦਾ ਵੀ ਪਰਿਵਾਰਵਾਦ ਦੀ ਰਾਜਨੀਤੀ ਕਰਦੇ ਆ, ਕਿ ਉੱਥੋਂ ਵੀ ਮੁਕਤ ਹੋਣ ਦਾ ਸਮਾਂ। ਸੋ ਅੱਜ ਆਪਾਂ ਵੱਧ ਚੜ੍ਹ ਕੇ ਜਿਹੜਾ ਵਾ ਸੁਬਾਹ ਖਾਲਸੇ ਦੀ ਕਾਲ ਦੇ ਵਿੱਚ ਹਿੱਸਾ ਪਈ ਸੰਗਤਾਂ ਨੂੰ ਮੇਰੀ ਅਪੀਲ ਹੈ ਵੀ ਤੁਸੀਂ ਸੰਗਤੀ ਰੂਪ 'ਚ ਪਿੰਡਾਂ 'ਚ ਅਨਾਊਂਸਮੈਂਟਾ ਕਰੋ ਕਿ ਵਿਸਾਖੀ ਦੇ ਉੱਤੇ ਨਵਾਂ ਸਾਹਿਬ ਸੁਬਾਹ ਖਾਲਸਾ ਸੱਦਿਆ ਜਾਵੇ। ਇੰਨੀ ਇੱਕ ਬੇਨਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।